ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਸ਼ਹਿਰ ਅਜਨਾਲਾ, ਤਹਿਸੀਲ ਵੀ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ, ਬਗੀਚੇ ਭਾਈ ਹੁਣਾਂ ਕੋਲ ਆਪਾਂ ਪਹੁੰਚੇ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਗਾਵਾਂ ਦਿਖਾਉਣੀਆਂ, ਸੂਈਆਂ ਸਫਾਈਆਂ ਤੁਹਾਨੂੰ ਦਿਖਾਵਾਂਗੇ। ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਹੁਣਾਂ ਨੂੰ ਅਤੇ ਪੁੱਛਦੇ ਹਾਂ ਸਾਰੀ ਡਿਟੇਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾਓ, ਠੀਕ ਠਾਕ ਜੀ? ਬਹੁਤ ਵਧੀਆ ਕਿਰਪਾ ਵੀਰ ਜੀ ਮਹਾਰਾਜ ਦੀ। ਚਲੋ ਵਧੀਆ, ਕਿਰਪਾ ਚਾਹੀਦੀ ਜੀ। ਅਤੇ ਨਾਮ ਦੱਸ ਦਿਓ ਕਰੀ ਆਪਣਾ। ਹਾਂਜੀ, ਮੈਂ ਬਗੀਚਾ ਸਿੰਘ, ਹਾਂਜੀ, ਸ਼ਹਿਰ ਆਪਣਾ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ। ਅਤੇ ਫੋਨ ਨੰਬਰ ਬੋਲ ਦਿਓ ਕਰੀ। 7840-24-27 ਕਰੀ। ਠੀਕ ਹੈ, ਚੱਲੀ ਜਾਂਦਾ ਕੰਮ ਕਾਰ ਵਧੀਆ ਫਿਰ। ਬਹੁਤ ਵਧੀਆ ਵੀਰ ਜੀ, ਬਹੁਤ ਵਧੀਆ ਕਿਰਪਾ ਮਹਾਰਾਜ ਦੀ, ਬਹੁਤ ਵਧੀਆ। ਠੀਕ ਹੈ, ਮਾਲ ਕੋ ਵੇਚਤਾ ਜੀ ਹੁਣ ਤੋਂ ਪਹਿਲਾਂ ਹੀ? ਹਾਂਜੀ ਵੀਰ ਜੀ, ਆਪਣੇ ਵੀਰ ਭਰਾ ਆਏ ਰਾਜਸਥਾਨ ਚੋਂ। ਅੱਛਾ, ਰਾਜਸਥਾਨ ਚੋਂ ਆਏ ਆ? ਰਾਜਸਥਾਨ ਚੋਂ ਆਏ ਆ। ਠੀਕ ਹੈ, ਕਰਾਈਏ ਫਿਰ ਗੱਲਬਾਤ। ਹਾਂਜੀ ਹਾਂਜੀ ਵੀਰ ਜੀ, ਕਰਾਓ ਦਰਸ਼ਨ ਇਹਨਾਂ ਦੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਆਏ ਵੀਰ ਜੀ ਤੁਸੀਂ? ਰਾਜਸਥਾਨ ਸ਼੍ਰੀ ਗੰਗਾਨਗਰ ਤੋਂ ਜੀ। ਅੱਛਾ, ਗੰਗਾਨਗਰ ਤੋਂ ਆਏ। ਤੇ ਵੀਡੀਓ ਵੇਖ ਕੇ ਆਏ ਕਿ ਇਸ ਤਰ੍ਹਾਂ? ਮਤਲਬ ਤੁਹਾਡੀ ਵੀਡੀਓ ਵੇਖੀ ਸੀ, ਬਹੁਤ ਵਾਰ YouTube ਤੇ ਜੁੜਿਆ ਮੈਂ, ਵਧੀਆ YouTube ਚੈਨਲ ਤੇ। ਠੀਕ ਆ, ਦੋ ਵਾਰ ਬਗੀਚਾ ਸਿੰਘ ਕੋਲੇ ਪਹਿਲਾਂ ਵੀ ਆਇਆ, ਤੀਜੀ ਵਾਰੀ ਅੱਜ ਆਇਆ। ਅੱਛਾ, ਹੁਣ ਤੀਸਰੀ ਵਾਰੀ ਆ ਗਏ ਜੀ। ਵਧੀਆ ਨਿਕਲਦਾ ਮਾਲ ਫਿਰ ਇਹਨਾਂ ਦਾ? ਹਾਂਜੀ ਹਾਂਜੀ, ਦੋ ਰਾਤ ਵੱਡੀਆਂ ਗਾਈਆਂ ਲਈਆਂ ਸੀ, 30-30 ਲੀਟਰ ਤੋਂ ਉੱਪਰ ਸੀ। ਅੱਛਾ, ਉਹ ਸਵੇਰੇ ਭੇਜ ਦਿੱਤੀਆਂ। ਠੀਕ ਠੀਕ, ਚਾਰ ਦੋ ਹੋਰ ਆ, ਇੱਕ ਇੱਥੇ ਨੇ ਖੜੀ ਹੋਈ ਹੈ ਤੇ ਇੱਕ ਹੋਰ ਲਈ ਹੋਈ, ਉਹ ਆਜੂ ਕੁਛ ਤੇ। ਅੱਛਾ, ਤੇ ਉਹਦਾ ਵੀ, ਉਹ ਵੀ ਜੋੜਾ ਪਾ ਕੇ ਫਿਰ ਲੈ ਜਾਓਗੇ? ਹਾਂਜੀ ਹਾਂਜੀ, ਉਹ ਗੱਡੀ ਵਾਪਸ ਆ ਜੂਗੀ। ਠੀਕ ਹੈ, ਠੀਕ ਹੈ, ਤੇ ਵਧੀਆ ਮਾਲ ਨਿਕਲਦਾ ਇਹਨਾਂ ਦਾ ਫਿਰ? ਹਾਂਜੀ ਵਧੀਆ ਨਿਕਲਿਆ ਜੀ। ਠੀਕ ਹੈ, ਚਲੋ, ਬਾਕੀ ਜੇ ਕੋਈ, ਜੇ ਕੋਈ ਲਾਮਾ ਲੁਮਾ ਹੈਗਾ ਸਾਨੂੰ ਦੱਸ ਦਿਓ। ਦੇਖੋ, ਇਹਦੇ ਵਿੱਚ ਲਾਂਭਾ ਕਿਸੇ ਨੂੰ ਦੇ ਵੀ ਸਕਦੇ ਆ ਤੇ ਨਹੀਂ ਵੀ ਦੇ ਸਕਦੇ। ਬਾਕੀ ਇਹ ਚੀਜ਼ ਦਾ ਨਾ ਬੜਾ ਵਾਧਾ ਵਾ, ਜਿਹੜਾ ਹੁਣ ਮੰਨ ਲਓ ਤੁਸੀਂ ਰਾਜਸਥਾਨ ਤੋਂ ਆਏ ਜੇ, ਕਿੰਨੀ ਦੂਰ ਹੈ ਇੱਥੋਂ? ਕਈ ਲੋਕ ਕੀ ਕਰੋਗੇ ਜੀ, ਸਾਨੂੰ ਤੇ 20 ਕਿਲੋਮੀਟਰ ਦੂਰ ਹੈ, 30 ਕਿਲੋਮੀਟਰ ਦੂਰ ਹੈ, ਅਸੀਂ ਕਿਤਨਾ ਜਾਈਏ? ਹਾਂਜੀ ਵੀਰ ਜੀ, ਉਹ ਦੋ ਵੱਡੀਆਂ ਵੜਾ ਲਈਆਂ, ਉਹ ਵੀ ਇਹਨਾਂ ਦੋ ਦੋ ਟਾਈਮ ਚ ਵਾਈ ਕਰਕੇ ਇਹਨਾਂ ਫੇਰ ਕਲਾ। ਤੇ ਹੁਣ ਇਹ ਚੀਜ਼ ਦਾ ਬੜਾ ਵਾਧਾ ਵਾ, ਘਰੋਂ ਤੇ ਨਿਕਲਣਾ ਹੀ ਪੈਣਾ, ਆਉਣਾ ਤੇ ਪੈਣਾ ਹੀ ਆ। ਹਾਂਜੀ ਵੀਰ, ਇੱਥੇ ਆਏ ਆ, ਮੇਰੇ ਕੋਲ ਵੀ ਇਹਨੂੰ ਪੁੱਛੋ ਵੀ ਆ ਵਧੀਆ, ਮਤਲਬ ਰਹਿਣ ਸਹਿਣ ਨੂੰ ਵੀ, ਰਹਿਣ ਸਹਿਣ ਦੀ ਸੁਵਿਧਾ ਵਧੀਆ ਸਾਰੇ ਕੋਈ? ਹਾਂਜੀ ਹਾਂਜੀ, ਬਹੁਤ ਵਧੀਆ, ਛੋਟਾ ਵੀਰ ਇੱਕ ਦੋਸਤੀ ਹੈ, ਭਰਾਵਾਂ ਵਰਗਾ ਹੀ ਆ। ਠੀਕ ਹੈ ਜੀ, ਇਹ ਆ ਕਿ ਚਲੋ ਕੰਮ ਆਪਾਂ ਸਾਫ਼ ਕਰਾਂਗੇ ਤੇ ਸਾਰੇ ਭਰਾ ਬਣ ਜਾਂਦੇ ਆ। ਜਿਹੜੀ ਇੱਕ ਫੇਰ ਲਈ ਨਾ ਬੈਡ, ਹਾਂਜੀ, ਆਪਾਂ ਸਵੇਰੇ ਦੀ ਚਵਾਈ ਕਰ ਰਹੇ ਹਾਂ, ਜਾ ਕੇ 5 ਵਜੇ ਚਵਾਈ ਕਰਤੀ ਆ। ਅੱਛਾ, ਉਹ ਤੋਂ ਵੀ ਦੀ 22 ਕਿਲੋ ਗੋਲਾ ਦੱਸਦੇ ਆ ਉਹ। ਅੱਛਾ, ਤੇ ਹੁਣ ਆਪਾਂ ਇੱਕ ਡੰਗ ਚੋਈ ਆ ਤੇ 12 ਲੀਟਰ ਇੱਕ ਡੰਗ ਦਾ, ਹੁਣ ਸ਼ਾਮਣੇ ਫੇਰ 5 ਵਜੇ ਚਵਾਈ ਕਰਨੀ ਆ। ਅੱਛਾ, ਫੇਰ ਇੱਥੇ ਲਿਆਵਾਂਗੇ, ਫੇਰ ਵੀਰ ਨੂੰ ਜੋੜਾ ਦੋਗੇ, ਫੇਰ ਲੱਦ ਕੇ ਸਵੇਰੇ ਤੋਰਾਂਗੇ। ਠੀਕ ਆ, ਇਹ ਚੀਜ਼ ਦਾ ਤੇ ਵਾਧਾ ਨਾ, ਹੁਣ ਕਿੰਨੀ ਦੂਰੋਂ ਮੰਨ ਲਓ ਆਏ ਆ, ਇੱਥੇ ਪੂਰੀ ਤਸੱਲੀ ਕਰਾਂਗੇ, ਤਸੱਲੀ ਕਰਕੇ ਜਿਹੜੀਆਂ ਖੜਨੀਆਂ ਜਿੱਦੀਆਂ ਵਾ ਆਪਣੇ, ਹੁਣ ਪੈਸੇ ਤੁਸੀਂ ਖਰਚਨੇ ਆ, ਜ਼ਿੰਮੇਵਾਰੀ ਵੀ ਤੁਹਾਡੀ ਬਣਦੀ ਆ ਆਪਣੀ ਤਸੱਲੀ ਕਰਕੇ ਖੜਨ ਦੀ। ਠੀਕ ਆ ਵੀਰ ਜੀ, ਬਹੁਤ ਬਹੁਤ ਧੰਨਵਾਦ ਜੀ। ਤੇ ਕਰੀਏ ਵੀਰ ਜੀ ਸ਼ੁਰੂਆਤ, ਫਿਰ ਆਪਾਂ ਦਿਖਾਈਏ ਦੋ ਜਿਹੜੀਆਂ ਹੈਗੀਆਂ ਵਾ। ਹਾਂਜੀ ਹਾਂਜੀ ਵੀਰ ਜੀ, ਕਿੰਨਵਾਂ ਸੂਆ ਸੂਈ ਜੇ ਵਿੱਧੀ ਇਹ ਵਾਲੀ? ਵੀਰ ਜੀ ਇਹ ਦੂਸਰਾ ਸੂਆ ਸੂਈ ਜੇ। ਅੱਛਾ ਜੀ, ਹਾਂਜੀ, ਠੀਕ ਹੈ, ਤੇ ਕਿੰਨਾ ਚਿਰ ਹੋ ਗਿਆ ਸੂਈ ਨੂੰ? ਇਹਨੂੰ ਵੀਰ ਜੀ ਕੋਈ ਆਪਣੀ ਸਮਝਣਾ, ਵੀਰ ਲਾ ਲਏ ਕੋਈ 20 ਦਿਨ ਲਾ ਲਏ, ਕੋਈ ਮਹੀਨਾ ਲਾ ਲਏ, ਵੱਛੀ ਇਹਦੇ ਮਗਰ। ਅੱਛਾ ਹਾਂਜੀ ਵੀਰ, ਆਹ ਵੱਛੀ ਹੈ ਜਿਹੜੀ, ਵੱਛੀ ਵੀ ਚੰਗੀ ਫਲੀ ਜੇ ਇਹਦੇ ਮਗਰ। ਵੀਰ ਜੀ ਫਲੀ ਆ, ਵੇਖੋ ਕਿੰਨੀ ਭੀੜ ਦੀ ਹੋਈ ਵੱਛੀ ਦੀ ਝਾਲਰ ਹੁਣ ਤੋਂ। ਝਾਲਰ ਵੀਰ ਜੀ, ਵੇਖੋ ਵੱਛੀ ਦੀ, ਆਹ ਵੇਖੋ, ਆਹ ਦੇਖ ਸਕਦੇ ਜੀ, ਮੈਂ ਨਾ ਬੜੀ ਤਗੜੀ ਝਾਲਰ ਹੀ ਹੋਣੀ ਵੱਛੀ ਦੀ। ਠੀਕ ਹੈ ਜੀ, ਹਾਂਜੀ, ਚੰਗੇ ਟੀਕੇ ਦੀ ਵੱਛੀ ਹੈ ਜੀ, ਚੰਗੇ ਟੀਕੇ ਦੀ ਹੈ ਜੇ ਸਾਡੇ ਇੰਨੀ ਮਹੀਨੇ ਦੀ ਪਾਲੀ ਹੋਵੇ ਤੇ ਕਿੰਨੇ ਦਾ ਦੁੱਧ ਪੀ ਗਈ ਹੋਵੇਗੀ ਵੀਰ ਜੀ। ਠੀਕ ਹੈ ਜੀ, ਹਾਂਜੀ, ਹਾਂ ਦੇਖ ਸਕਦੇ ਜੀ, ਬੜੀ ਕਮਾਲ ਦੀ ਵੱਛੀ ਆ ਜਿਹੜੀ, ਹੁਣ ਤੋਂ ਹੀ ਆਪਾਂ ਵੱਟ ਥੱਲਿਆਂ ਦੇਖ ਸਕਦੇ ਆ। ਜਿਹੜਾ ਕੋਈ ਵੀਰ ਲੈ ਜਾਊਗਾ ਚੰਗੀ ਸਾਂਭ ਵਾਲਾ, ਤੇ ਵੱਛੀ ਵੀ ਚੰਗੀ ਤਿਆਰ ਹੋ ਗਈ, ਬਾਕੀ ਵੈੜ ਤੇ ਚਲੋ ਜਿਹੜੀ ਸੋਹਣੀ ਹੈਗੀ ਹੈਗੀ ਆ। ਕਿੰਨਾ ਵੀਰ ਜੀ ਦੁੱਧ ਤਿਆਰ ਜੇ ਮੌਕੇ? ਆਪਾਂ ਘਰੋਂ ਲਈ ਹੈ ਬੰਦਿਆਂ ਕੋਲ, ਉਹਨਾਂ ਦੀ ਸੇਵਾ ਬਹੁਤ ਜ਼ਿਆਦਾ ਘੱਟ ਸੀ। ਅੱਛਾ, ਹਾਂਜੀ ਵੀਰ ਜੀ, ਵੀਰ ਜੀ ਜੇ ਮੈਂ ਝਿੱਗ ਝੁੱਗ ਵਾਲਾ ਦੱਸੀ ਜਾਵਾਂ ਨਾ, ਇਹਦੇ ਕੋਲ 22 ਕਿਲੋ ਹੋਊਗਾ, ਜੇ ਮੈਂ ਝਿੱਗ ਝੁੱਗ ਵਾਲਾ ਵੀ ਕਹਦਾ। ਅੱਛਾ ਵੀਰ ਜੀ, 22 ਲੀਟਰ ਤੇ ਜੇ ਕੋਈ ਠੰਡਾ ਕਰਕੇ ਮਿਲੂਗਾ, 18 ਲੀਟਰ ਇੱਥੇ ਮੈਂ ਘਰੇ ਲੀਟਰ ਮਰਾ ਕੇ ਦਊਗਾ। 18 ਲੀਟਰ ਘਰੋਂ ਚਵਾ ਦੋਗੇ ਘਰੋਂ? ਤੇ ਜੇ ਕੋਈ ਉਤਰਾ ਮੈਂ ਵਿਖਾ ਦਾਂਗਾ ਤੇ ਝਿੱਗ ਵਾਲਾ ਭਾਈ 22 ਹੋਈ ਵੀਰ ਨੇ, ਇਹ ਵੀ ਦੋ ਦੋ ਡੰਗ ਚੋਈ ਜੇ ਵੀਰ ਨੂੰ ਪੁੱਛ ਲਓ। ਹਾਂਜੀ, ਅੱਛਾ, ਲਿਆ ਖੋਲੋ ਫਿਰ ਤੋਰ ਦਈਏ ਨਾ, ਆ ਥਾਣੇ ਦੇ ਦੇਖ ਸਕਦੇ ਜੇ ਧਰਮ ਵੀਰ ਜੀ। ਅਠਾਰਾਂ ਲੀਟਰ ਜਿਹੜਾ ਮੌਕੇ 'ਤੇ ਇਹਦੇ ਕੋਲ ਤਿਆਰ ਦੱਸਦੇ ਆ, ਬਾਕੀ ਅੱਗੇ ਆਪਣੀ ਚਵਾਈ ਕਰਕੇ ਖੜੋ।
ਬਾਕੀ ਜਿਸ ਤਰ੍ਹਾਂ ਹੁਣ ਵੀਰ ਜੀ ਹੁਣੀ ਆਏ ਰਾਜਸਥਾਨ ਤੋਂ, ਆਪਣੀ ਚਵਾਈ ਕਰਕੇ ਖੜਨ ਦੇ ਆ, ਤੇ ਜਿਹੜਾ ਚਵਾਈ ਤੇ ਕਰਕੇ ਖੜਨੀ ਪੈਣੀ ਆ ਤੁਹਾਨੂੰ ਅੱਜ ਤਰ੍ਹਾਂ ਕੋਈ ਬਾਈ ਬੂਈ ਦਾ ਕੋਈ ਵੀਰ ਜੀ ਇਹਦੇ ਵਿੱਚ ਮਤਲਬ ਵੀ ਇੱਕ ਥਾਂ ਦੀ ਵੀ ਧਾਰ ਵਧਾਰ ਵੱਧ ਘਾਟ ਨਹੀਂ ਹੋਊਗੀ, ਜਿੱਥੇ ਮਰਜ਼ੀ ਖਿਲਾਰ ਕੇ ਧਾਰਾ ਮਾਰ ਦਿਓ, ਦਿਖਾ ਦਿਓ ਜਵਾਹ ਫਿਰ ਇਹਦਾ ਜਿੱਥੇ ਮਰਜ਼ੀ ਵੀਰ ਜੀ, ਇਹ ਥੋੜੀ ਵੀ ਠੀਕ ਹੈ, ਕੋਈ ਰੱਸੀ ਦੀ ਲੋੜ ਨਹੀਂ, ਕੋਈ ਗੱਲ ਹੀ ਨਹੀਂ, ਜਿੱਥੇ ਮਰਜ਼ੀ ਭਾਵੇਂ ਛੱਡ ਕੇ ਚੋਈ ਜਾਓ, ਠੀਕ ਹੈ, ਹਵਾਨੇ ਤੇ ਵੀ ਨਾੜਨ ਦੇਖ ਸਕਦੇ ਜੀ, ਚਲੋ ਲੈ ਜਾਓ ਵੀਰ ਜੀ ਬੰਦ ਫਿਰ। ਬਾਕੀ ਮਗਰ ਵੱਛੀ ਵੀ ਬੜੀ ਕਮਾਲ ਦੀ ਆ ਤੇ ਆਪ ਵੀ ਬੈਠ ਜਿਹੜੀ ਸੋਹਣੀ ਆ, ਤੇ ਚਲੋ ਹੁਣ ਜਿਹੜੀ ਆ ਦੂਸਰੇ ਨੰਬਰ ਤੇ ਇਹ ਫਿਰ ਗੱਬਨ ਜੇ ਹਨ, ਹਾਂਜੀ ਵੀਰ ਜੀ ਗੱਬਨ ਹੈ ਤਿਆਰੀ, ਤੇ ਸੂਈ ਜਿਹੜੀ ਆ ਆ ਉਹਨਾਂ ਵੀਰ ਜੀ ਨਾਲ ਲਈ, ਰਾਜਸਥਾਨ ਵਾਲਿਆਂ ਨੇ ਐਸ਼ ਸ਼ਹਿਰ ਉਹਨਾਂ ਲਈ ਆ ਜਿਹੜੀ ਵੀਰ ਜੀ, ਕੱਲ ਹੀ ਸੂਈ ਆ, ਅੱਛਾ ਗੋਲਾ ਹੀ ਹੋ ਗਿਆ 14-15 ਕਿਲੋ, ਅੱਛਾ ਹਾਂਜੀ ਵੀਰ, ਇਹ ਵੀ ਚੰਗੀ ਸੋਹਣੀ ਵੈੜ ਆ ਜਿਹੜੀ, ਬਹੁਤ ਵਧੀਆ ਵੀਰ ਜੀ, ਇਹ ਤੇ ਉਹਨਾਂ ਨੇ ਉਸ ਤਰ੍ਹਾਂ ਇਹਨਾਂ ਨੇ ਆਪਣੀ ਭੈਣ ਵਾਸਤੇ ਲਈ ਹੈ ਬੱਚੀ, ਅੱਛਾ ਤੇ ਇਹਨਾਂ ਨੇ ਆਪ ਵਾਸਤੇ ਇਹਨਾਂ ਵੱਡੀਆਂ ਲਈਆਂ, ਇਹ ਅਲੱਗ ਚੀਜ਼ ਹੀ ਹੈ ਵੀ ਜਿਹੜੀ ਘੱਟ ਲੱਭਦੀਆਂ ਇਹੋ ਜਿਹੀਆਂ ਆਪਾਂ ਨੂੰ ਵੀਰ ਜੀ, ਬੜੇ ਭਾਣਾ ਵੀਰ ਨੂੰ ਮੈਂ ਲੈ ਕੇ ਦਿੱਤੀ ਹੈ, ਅੱਛਾ ਹਾਂਜੀ ਵੀਰ ਜੀ, ਬਹੁਤ ਹੀ ਭਾਣਾ ਵਿੱਚ ਲੈ ਕੇ ਦਿੱਤੀ, ਠੀਕ ਹੈ ਜੀ, ਚਲੋ ਹੁਣ ਫਿਰ ਜਿਹੜੀ ਆ ਵਾਲੀ ਆ ਹੁਣ ਇਹਦੇ ਵੀ ਲਾਗੇ ਤਾਂ ਦੇਖ ਸਕਦੇ ਜੀ, ਇਹ ਵੀ ਚੰਗੀ ਤਿਆਰ ਹੁੰਦੀ ਥੱਲਿਆਂ, ਤੇ ਇਹ ਵੀਰ ਜੀ ਕਿੰਨੇ ਕੁ ਦੁੱਧ ਵਾਲੀ ਜੀ, ਜਰਸੀ ਕਰੋਸ ਚ ਆ, ਤੋਰ ਦੋ ਫਿਰ ਇੱਕ, ਬਾਕੀ ਚੰਗੀ ਤਿਆਰ ਹੁੰਦੀ ਆ ਥੱਲਿਆਂ ਵੀ, ਤੇ ਇਹਦਾ ਵੀਰ ਜੀ ਕੀ ਰੱਖਣਾ ਫਿਰ ਮੁੱਲ ਆਪਾਂ, ਮੁੱਲ ਵੀਰ ਜੀ ਭਾਵੇਂ 50,000 ਇਹਦਾ ਵੀਰ ਜੀ ਮੰਗੀ ਜਾਈਏ, ਅੱਛਾ ਜੇ ਸਾਨੂੰ ਵੀਰ ਜੀ ਨੇ ਚੰਗੀ ਤਿਆਰ ਹੋਣਾ, ਇੱਕਦਮ ਬਹੁਤ ਵਧੀਆ ਵਿਆੜ ਹੈ, ਠੰਡੀ ਠੰਡੀ ਆ, ਹਾਂਜੀ ਹਾਂਜੀ, ਹੁਣ ਆਪਾਂ ਜਿਹੜੀ ਦੇ ਦੇਣੀ ਆ ਨਾ, ਹਾਂਜੀ ਮਤਲਬ ਦੇਣ ਲੈਣ ਵਾਲੀ ਗੱਲ ਹੈ 37,000 ਦੀ ਦੇਦਾਂਗੇ, 37,000 ਦੀ ਜੀ, ਭਾਵੇਂ ਵੀ ਮੈਨੂੰ ਵੀ ਪਤਾ ਵਾ ਜੇ ਸਵਾ ਕੇ ਭਾਵੇਂ ਮੈਂ 45,000 ਦੀ ਮੇਰੇ ਕੋਲ ਵੀਰ ਜੀ ਤਸੱਲੀ ਕਰਕੇ ਖੜੇ ਹਨਾ, ਆਪਣਾ ਇੱਥੇ ਆਓ ਆਪਣੀ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਵੇਚ ਚੱਕ ਕੇ ਖੜੋ ਜੀ, ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।